ਸਪਾਰਕਲ ਯੂਨੀਸੈਕਸ ਡੇ ਸਪਾਸਰ ਦਾ ਹੈਗਾ ਜਿਹੜਾ ਕਿ ਥਾਣਾ ਸਰਾਭਾ ਨਗਰ ਦੇ ਹੱਥ ਦੇ ਦੇ ਨਾਲ ਹੈ। ਉਹਦੇ ਸੰਬੰਧੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੁਫੀ ਔਰ ਇਨਫੋਰਮੇਸ਼ਨ ਦੇ ਬੇਸਿਸ ਤੇ ਜਿਹੜੀ ਰੇਡ ਕੰਡਕਟ ਕੀਤੀ ਗਈ ਪਾ ਸੈਂਟਰ ਦੀ ਆੜ ਦੇ ਵਿੱਚ ਇਮੋਰਲ ਟ੍ਰੈਫਿਕਿੰਗ ਦਾ ਉੱਥੇ ਕੰਮ ਸ਼ਰੇਆਮ ਚੱਲਦਾ ਸੀ। ਲੜਕੀਆਂ ਨੂੰ ਵੀ ਜਿਹੜਾ ਹੈਗਾ ਉਹ ਵੀ ਅੰਡਰ ਏਜ ਨੇ, ਕੋਈ ਸਿੱਕਿਮ ਤੋਂ ਹੈ ਕੋਈ ਥਾਈਲੈਂਡ ਤੋਂ ਹੈ, ਉਹਨਾਂ ਨੂੰ ਇੱਥੇ ਐਕਸਪਰਟ ਕੀਤਾ ਜਾਂਦਾ। ਮੌਕੇ ਤੋਂ ਅਸੀਂ 5 ਲੜਕੀਆਂ ਨੂੰ ਜਿਹੜਾ ਹੈਗਾ ਉੱਥੇ ਫੜਿਆ ਪੁਲਿਸ ਨੇ ਔਰ ਇਹਦੇ ਸਖ਼ਤ ਕਾਰਵਾਈ ਕਰਦੇ ਹੋਏ ਜਿਹੜਾ ਸਪਾ ਦਾ ਓਨਰ ਹੈ ਇੰਦਰਜੀਤ ਸਿੰਘ ਉਹਨਾਂ ਦੇ ਖਿਲਾਫ਼ ਪਰਚਾ ਦਰਜ ਕੀਤਾ। ਮੈਨੇਜਰ ਅਤੇ ਇੱਕ ਜਿਹੜੀ ਹੈਗੀ ਹੈ ਲੇਡੀ ਇਹਨਾਂ ਦੀ ਲਾਇਜਨਰ ਦਾ ਕੰਮ ਕਰਦੀ ਹੈ ਜੋ ਕੁੜੀਆਂ ਸਿਖਾਉਂਦੀ ਹੈ ਕਿ ਅੰਦਰ ਜਿਹੜੇ ਇਹਨਾਂ ਦੇ ਮਸਾਜ ਰੂਮਸ ਨੇ ਉਹਨਾਂ ਦੇ ਦਰਵਾਜ਼ੇ ਨਹੀਂ ਹੋਣੇ ਚਾਹੀਦੇ, ਕਰਟਨਸ ਹੋਣੇ ਚਾਹੀਦੇ, ਅੰਦਰ CCTV ਕੈਮਰਾ ਹੋਣਾ ਚਾਹੀਦਾ ਜਿਨ੍ਹਾਂ ਦੀ ਰਿਕਾਰਡਿੰਗ ਘੱਟੋ ਘੱਟ 1 ਮਹੀਨੇ ਦੀ ਪ੍ਰਿਜ਼ਰਵ ਹੋਵੇ, ਜੋ ਕਿ ਕੋਈ ਵੀ ਸਪਾ ਸੈਂਟਰ ਜਿਹੜਾ ਇਹ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਔਰ ਜੋ ਜੋ ਨਹੀਂ ਕਰ ਰਿਹਾ ਉਹਨਾਂ ਦੀਆਂ ਰੇਡਸ ਕੀਤੀਆਂ ਜਾਣਗੀਆਂ ਔਰ ਚੈੱਕ ਵੀ ਕੀਤਾ ਜਾਵੇਗਾ ਅਤੇ ਸੰਬੰਧਿਤ ਧਾਰਾਵਾਂ ਦੇ ਵਿੱਚ ਉਹਨਾਂ 'ਤੇ ਸਖ਼ਤ ਐਕਸ਼ਨ ਜਿਹੜਾ ਹੈਗਾ ਲਿਆ ਜਾਵੇਗਾ। ਜ਼ਿਲ੍ਹਾ ਪੁਲਿਸ ਲੁਧਿਆਣਾ ਵੱਲੋਂ ਸਪਾ ਸੈਂਟਰਾਂ ਵਿੱਚ ਜਿਸਮ ਫਰੋਸ਼ੀ ਦੇ ਨਜਾਇਜ਼ ਧੰਦੇ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਐਂਟੀ ਨਾਰਕੋਟਿਕ ਸੈੱਲ 1 ਲੁਧਿਆਣਾ ਸਮੇਤ ਪੁਲਿਸ ਪਾਰਟੀ ਇੰਸਪੈਕਟਰ ਕਿਰਨਜੀਤ ਕੌਰ ਥਾਣਾ ਸਰਾਭਾ ਨਗਰ ਦੀ ਪੁਲਿਸ ਪਾਰਟੀ ਵੱਲੋਂ ਜੁਆਇੰਟ ਆਪਰੇਸ਼ਨ ਕਰਕੇ ਥਾਣਾ ਸਰਾਭਾ ਨਗਰ ਲੁਧਿਆਣਾ ਦੇ ਏਅਰ ਵਿਚਾਲੇ ਸਪਾ ਸੈਂਟਰ ਸਪਾਰਕਲ ਯੂਨੀਸੈਕਸ ਡੇ ਵਿੱਚ ਚੱਲ ਰਹੇ ਜਿਸਮ ਫਰੋਸ਼ੀ ਦੇ ਧੰਦੇ ਖਿਲਾਫ਼ ਕਾਰਵਾਈ ਕਰਦੇ ਹੋਏ ਮੌਕੇ 'ਤੇ 5 ਲੜਕੇ ਅਤੇ 2 ਲੜਕੀਆਂ ਨੂੰ ਕਾਬੂ ਕੀਤਾ। ਹੋਰ ਜਾਣਕਾਰੀ ਦਿੰਦਿਆਂ ਹੋਇਆਂ ਰੁਪਿੰਦਰ ਕੌਰ ਸਰਾਂ ਨੇ ਕੀ ਦੱਸਿਆ, ਆਓ ਸੁਣਦੇ ਹਾਂ ਉਹਨਾਂ ਤੋਂ। ਇਹ ਜੀ ਸਾਡੀ ਟੀਮ ਵੱਲੋਂ ਸਪਾਰਕਲ ਯੂਨੀਸੈਕਸ ਡੇ ਸਪਾਸਟਰ ਹੈਗਾ ਜਿਹੜਾ ਕਿ ਥਾਣਾ ਸਰਾਭਾ ਨਗਰ ਦੇ ਹੱਦ ਦੇ ਅਧੀਨ ਆਉਂਦਾ, ਉਹਦੇ ਸੰਬੰਧੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਖੁਫੀਆ ਔਰ ਇਨਫੋਰਮੇਸ਼ਨ ਦੇ ਬੇਸਿਸ 'ਤੇ ਜਿਹੜੀ ਰੇਡ ਕੰਡਕਟ ਕੀਤੀ ਗਈ। ਜਦ ਰੇਡ ਕੰਡਕਟ ਕੀਤੀ ਤਾਂ ਇਹ ਚੀਜ਼ ਸਾਹਮਣੇ ਆਈ ਕਿ ਜਿਹੜਾ ਹੈਗਾ ਸਪਾ ਸੈਂਟਰ ਦੀ ਆੜ ਦੇ ਵਿੱਚ ਇਮੋਰਲ ਟ੍ਰੈਫਿਕਿੰਗ ਦਾ ਉੱਥੇ ਕੰਮ ਸ਼ਰੇਆਮ ਚੱਲ ਰਿਹਾ ਸੀ। ਪੁਲਿਸ ਨੂੰ ਇਸ ਮਾਮਲੇ ਸੰਬੰਧੀ ਮੀਡੀਆ ਫਰਟਰਨਿਟੀ ਤੋਂ ਜਿਹੜੇ ਆਪਣੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਫੋਨ ਕਰਕੇ ਇਤਲਾਹ ਆ ਰਹੀ ਸੀ ਵੀ ਇਹਦੇ ਨਾਲ ਜਿਹੜਾ ਹੈ ਪੁਲਿਸ ਦੀ ਅਕਸ 'ਤੇ ਵੀ ਬਦਨਾਮੀ ਵਾਲੀ ਗੱਲ ਸਾਹਮਣੇ ਆ ਰਹੀ ਹੈ ਅਤੇ ਇਹਨੂੰ ਵੈਰੀਫਾਈ ਕੀਤਾ ਜਾਵੇ। ਤੋ ਸੀਕ੍ਰੇਟ ਇਨਫੋਰਮੇਸ਼ਨ ਦੇ ਬੇਸਿਸ 'ਤੇ ਰੇਡ ਕੀਤੀ। ਜੋ ਸਾਡੇ ਕੋਲ ਇਨਪੁੱਟ ਆਈ ਸੀ ਸੀਕ੍ਰੇਟ, ਉਹਦੇ ਆਧਾਰ 'ਤੇ ਸੀਗਾ ਕਿ ਅੰਡਰ ਏਜ ਕੁਛ ਬੱਚੇ ਨੇ ਲੜਕੇ ਜਿਨ੍ਹਾਂ ਨੂੰ ਐਕਸਪਲੋਇਟ ਕੀਤਾ ਜਾਂਦਾ, ਈਵਨ ਲੜਕੀਆਂ ਨੂੰ ਵੀ ਜਿਹੜਾ ਹੈਗਾ ਉਹ ਵੀ ਅੰਡਰ ਏਜ ਨੇ, ਕੋਈ ਸਿੱਕਿਮ ਤੋਂ ਹੈ ਕੋਈ ਥਾਈਲੈਂਡ ਤੋਂ ਹੈ, ਉਹਨਾਂ ਨੂੰ ਇੱਥੇ ਐਕਸਪਲੋਇਟ ਕੀਤਾ ਜਾਂਦਾ। ਜੋ ਕਿ ਅੰਡਰ ਏਜ ਜਿਹੜੇ ਲੜਕੇ ਉੱਥੇ ਆਏ ਸੀਗੇ ਕਸਟਮਰ ਬਣ ਕੇ ਉਹ ਸਾਨੂੰ ਨਹੀਂ ਮਿਲੇ। ਮੌਕੇ ਤੋਂ ਅਸੀਂ 5 ਲੜਕੀਆਂ ਨੂੰ ਜਿਹੜਾ ਹੈਗਾ ਉੱਥੇ ਫੜਿਆ ਪੁਲਿਸ ਨੇ ਔਰ ਇਹਦੇ ਸਖ਼ਤ ਕਾਰਵਾਈ ਕਰਦੇ ਹੋਏ ਜਿਹੜਾ ਸਪਾ ਦਾ ਓਨਰ ਹੈ ਇੰਦਰਜੀਤ ਸਿੰਘ ਉਹਨਾਂ ਦੇ ਖਿਲਾਫ਼ ਪਰਚਾ ਦਰਜ ਕੀਤਾ। ਮੈਨੇਜਰ ਅਤੇ ਇੱਕ ਜਿਹੜੀ ਹੈਗੀ ਹੈ ਲੇਡੀ ਇਹਨਾਂ ਦੀ ਲਾਇਜਨਰ ਦਾ ਕੰਮ ਕਰਦੀ ਹੈ ਜੋ ਕੁੜੀਆਂ ਸਪਲਾਈ ਕਰਦੀ ਹੈ। ਸੋ ਉਹਨਾਂ 'ਤੇ ਅਸੀਂ ਜਿਹੜੇ ਹੈਗੇ ਨੇ ਸੰਬੰਧਿਤ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਇਹਨੂੰ ਸਾਨੂੰ ਜਿਹੜੀ ਇਨਪੁੱਟ ਆਈ ਸੀ ਇਸ ਸੈਂਟਰ ਸੰਬੰਧੀ ਆਈ ਸੀ, ਬਾਕੀ ਦੇ ਜਿਹੜੇ ਇਹਨਾਂ ਦੇ ਹੋਰ ਕਿਤੇ ਚੱਲ ਰਹੇ ਉਹ ਅਸੀਂ ਵੈਰੀਫਾਈ ਕਰਾਂਗੇ। ਮੋਰਓਵਰ ਇਹਦੇ 'ਚ ਜੋ ਇਨੀਸ਼ਲੀ ਪੁੱਛਗਿੱਛ ਚੀਜ਼ਾਂ ਸਾਹਮਣੇ ਆਈਆਂ ਨੇ ਵੀ ਜਿਹੜੀਆਂ ਕੁੜੀਆਂ ਵਗੈਰਾ ਰੱਖੀਆਂ ਸੀ ਉਹਨਾਂ ਦੇ ਕੋਈ ਸੈਲਰੀ ਸਰਟੀਫਿਕੇਟ ਜਾਂ ਉਹਨਾਂ ਦੇ ਇੰਪਲੋਇਮੈਂਟ ਲੈਟਰ, ਇਹ ਚੀਜ਼ਾਂ ਵੀ ਸਾਨੂੰ ਹਾਲੇ ਇਹਨਾਂ ਨੇ ਮੁਹੱਈਆ ਨਹੀਂ ਕਰਾਈਆਂ। ਤੋ ਸਾਨੂੰ ਖਦਸ਼ਾ ਵੀ ਇਹਨਾਂ ਦੀ ਈਵਨ ਪੁਲਿਸ ਵੈਰੀਫਿਕੇਸ਼ਨ ਵੀ ਨਹੀਂ ਹੋਈ। ਤੁਹਾਡੇ ਜ਼ਰੀਏ ਤੁਹਾਡੇ ਮਾਧਿਅਮ ਨਾਲ ਅਸੀਂ ਲੁਧਿਆਣਾ ਦੇ ਵਿੱਚ ਜਿਹੜੇ ਓਪਰੇਸ਼ਨਲ ਨੇ ਬਾਕੀ ਦੇ ਸਪਾ ਸੈਂਟਰਸ ਉਹਨਾਂ ਨੂੰ ਇਹ ਵਾਰਨਿੰਗ ਦੇ ਰਹੇ ਹਾਂ ਕਿ ਜੋ ਵੀ ਪੁਲਿਸ ਦੇ ਨਿਯਮ ਨੇ ਉਹ ਨਿਯਮਾਂ ਦੀ ਉਲੰਘਣਾ ਨਾ ਕਰੋ। ਆਪਣੇ ਜੇ ਤੁਸੀਂ ਸਪਾ ਸੈਂਟਰਸ ਰਨ ਕਰ ਰਹੇ ਹੋ ਤਾਂ ਉੱਥੇ ਜਿਹੜੇ ਵੀ ਇੰਪਲੋਏ ਨੇ ਉਹਨਾਂ ਦੀ ਤੁਰੰਤ ਪੁਲਿਸ ਵੈਰੀਫਿਕੇਸ਼ਨ ਕਰਾਓ ਜਿਨ੍ਹਾਂ ਦੀ ਨਹੀਂ ਹੋਈ। ਔਰ ਨਾਲ ਇਹਦੇ 'ਚ ਕਾਫੀ ਹਦਾਇਤਾਂ ਨੇ ਕਿ ਅੰਦਰ ਪੂਰੀ ਡਾਕੂਮੈਂਟਰੀ ਬਣਾ ਕੇ ਇਹਨਾਂ ਨੂੰ ਪਹਿਲਾਂ ਵੀ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਅੰਦਰ ਜਿਹੜੇ ਇਹਨਾਂ ਦੇ ਮਸਾਜ ਰੂਮਸ ਨੇ ਉਹਨਾਂ 'ਤੇ ਦਰਵਾਜ਼ੇ ਨਹੀਂ ਹੋਣੇ ਚਾਹੀਦੇ, ਕਰਟਨਸ ਹੋਣੇ ਚਾਹੀਦੇ, ਅੰਦਰ CCTV ਕੈਮਰਾ ਹੋਣਾ ਚਾਹੀਦਾ ਜਿਨ੍ਹਾਂ ਦੀ ਰਿਕਾਰਡਿੰਗ ਘੱਟੋ ਘੱਟ 1 ਮਹੀਨੇ ਦੀ ਪ੍ਰਿਜ਼ਰਵ ਹੋਵੇ, ਜੋ ਕਿ ਕੋਈ ਵੀ ਸਪਾ ਸੈਂਟਰ ਜਿਹੜਾ ਇਹ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਔਰ ਜੋ ਜੋ ਨਹੀਂ ਕਰ ਰਿਹਾ ਉਹਨਾਂ ਦੀਆਂ ਰੇਡਸ ਕੀਤੀਆਂ ਜਾਣਗੀਆਂ ਔਰ ਚੈੱਕ ਵੀ ਕੀਤਾ ਜਾਵੇਗਾ ਅਤੇ ਸੰਬੰਧਿਤ ਧਾਰਾਵਾਂ ਦੇ ਵਿੱਚ ਉਹਨਾਂ 'ਤੇ ਸਖ਼ਤ ਐਕਸ਼ਨ ਜਿਹੜਾ ਹੈਗਾ ਲਿਆ ਜਾਵੇਗਾ। ਜਿਹੜੇ ਇਹਨਾਂ ਦੇ ਵਰਕਰਸ ਨੇ ਕੁੜੀਆਂ ਉਹਨਾਂ ਦੀ ਏਜ ਜਿਹੜੀ ਹੈਗੀ ਹੈ ਅਡਲਟ ਹੋਣੇ ਚਾਹੀਦੇ ਔਰ ਜਿਹੜੇ ਸਾਡੇ ਕੋਲ ਸ਼ਿਕਾਇਤਾਂ ਆ ਰਹੀਆਂ ਨੇ ਵੀ ਅੰਡਰ ਏਜ ਬੱਚੇ ਨੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਵੀ ਗੁੰਮਰਾਹ ਕਰਕੇ ਇੱਥੇ ਇਮੋਰਲ ਟ੍ਰੈਫਿਕਿੰਗ ਨੂੰ ਐਕਸਪੋਜ਼ ਕੀਤਾ ਜਾ ਰਿਹਾ, ਤੋ ਬੱਚਿਆਂ ਦਾ ਸ਼ੋਸ਼ਣ ਨਾ ਕੀਤਾ ਜਾਵੇ।
ਫਿਲਹਾਲ ਇਸ ਸੈਂਟਰ ਦੇ ਵਿੱਚੋਂ ਸਾਨੂੰ ਇਹੋ ਜਿਹੀ ਕੋਈ ਚੀਜ਼ ਸਾਹਮਣੇ ਨਹੀਂ ਆਈ, ਬਟ ਯੈਸ ਇਮੋਰਲ ਟ੍ਰੈਫਿਕਿੰਗ ਹੋ ਰਹੀ ਸੀ ਤਾਂ ਸੰਬੰਧਿਤ ਧਾਰਾਵਾਂ ਦੇ ਵਿੱਚ ਪਰਚਾ ਦਰਜ ਕੀਤਾ। ਕਈ ਸਪਾ ਸੈਂਟਰਸ ਦੇ ਸੰਬੰਧੀ ਇਨਪੁੱਟ ਇਹ ਵੀ ਆ ਰਿਹਾ ਕਿ ਉਹ ਇੱਕ ਨਸ਼ੀਲੇ ਪਦਾਰਥਾਂ ਦਾ ਵੀ ਸੇਵਨ ਕਰਾਉਂਦੇ ਆ ਜਿਹੜੇ ਉੱਥੇ ਉਹਨਾਂ ਦੇ ਕਲਾਇੰਟਸ ਜਾਂਦੇ ਨੇ, ਜੋ ਕਿ ਗੋਲੀਆਂ ਐਫਰੋਡੇਸਿਕ ਜਾਂ ਜਿਹੜੇ ਸਲੀਪਿੰਗ ਪਿਲਸ ਹੁੰਦੀਆਂ ਨੇ ਉਹ ਵਗੈਰਾ ਦੇ ਕੇ, ਅਤੇ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਫਿਲਹਾਲ ਸਾਨੂੰ ਮੌਕੇ ਤੋਂ ਇੱਦਾਂ ਦੀ ਕੋਈ ਬਰਾਮਦਗੀ ਨਹੀਂ ਹੋਈ। ਓਨਰ ਫਰਾਰ ਹੈ ਜੀ, ਜਿਹੜੇ ਮੈਨੇਜਰ ਅਤੇ ਇਹਨਾਂ ਦੇ ਜਿਹੜੇ ਲਾਈਜਨਰ ਨੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਟੋਟਲ ਇਹਦੇ 'ਚ ਜਿਹੜੇ 5 ਲੜਕੇ ਨੇ ਔਰ ਇੱਕ ਮੈਨੇਜਰ ਹੈ, ਇੱਕ ਲਾਈਜਨਰ ਹੈ, 2 ਹੋ ਗਏ, ਅਤੇ 3ਜਾ ਜਿਹੜਾ ਮਾਲਕ ਹੈ ਉਹ ਫਰਾਰ ਹੈ। ਜੋ ਪੁਲਿਸ ਦੇ ਨਿਯਮਾਂ ਦੀ ਉਲੰਘਣਾ ਕਰੇਗਾ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਮਾਨਯੋਗ CP ਸਾਹਿਬ ਦੀਆਂ ਅਤੇ ਮਾਨਯੋਗ DCP ਸਾਹਿਬ ਜਿਹੜੇ DCP ਇਨਵੈਸਟੀਗੇਸ਼ਨ ਨੇ ਉਹਨਾਂ ਦੀਆਂ ਹਦਾਇਤਾਂ ਬੜੀਆਂ ਕਲੀਅਰ ਕੱਟ ਨੇ। ਜੋ ਵੀ ਪੁਲਿਸ ਦੇ ਨਿਯਮਾਂ ਦੀ ਉਲੰਘਣਾ ਕਰੂਗਾ ਉਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਸੋ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਸਾਰੇ ਸਪਾ ਸੈਂਟਰਾਂ ਵਾਲਿਆਂ ਨੂੰ ਇਹ ਚੇਤਾਵਨੀ ਵੀ ਦੇ ਰਹੇ ਹਾਂ, ਵਾਰਨਿੰਗ ਵੀ ਦੇ ਰਹੇ ਹਾਂ, ਜੇ ਕਿਸੇ ਦੀ ਕੋਈ ਕਮੀ ਪੇਸ਼ੀ ਹੈ ਜੋ ਚਲਾ ਰਹੇ ਨੇ ਸੈਂਟਰ ਉਹਨੂੰ ਉਹ ਦਰੁਸਤ ਕਰ ਲੈਣ, ਕਾਨੂੰਨ ਦੇ ਮੁਤਾਬਕ ਉਹਨੂੰ ਜਿਹੜੀ ਹੈਗੀ ਹੈ ਦਰੁਸਤ ਕਰ ਲੈਣ ਔਰ ਕਾਇਮ ਕਰ ਲੈਣ, ਤਾਂ ਜੋ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਔਰ ਬੱਚਿਆਂ ਦਾ ਸ਼ੋਸ਼ਣ ਨਾ ਹੋ ਸਕੇ ਕਿਸੇ ਵੀ ਤਰੀਕੇ ਨਾਲ। ਦ ਏਵਨ ਮੀਡੀਆ ਚੈਨਲ ਲਈ ਲੁਧਿਆਣਾ ਤੋਂ ਅਮਨ ਤਗੜ ਦੀ ਖਾਸ ਰਿਪੋਰਟ।